ਡਾਕਟਰ ਸਾਹਿਬ, ਬਤੌਰ ਪ੍ਰਧਾਨ ਲੋਕ ਰਾਜ ਪੰਜਾਬ, ਤੁਸੀਂ ਪਿੱਛੇ ਜਿਹੇ ਇੱਕ ਮੀਟਿੰਗ ਕੀਤੀ ਆ ਜਿੱਥੇ ਲੋਕ ਏਕਤਾ ਮਿਸ਼ਨ ਵਜੋਂ ਕੁਝ ਨਵੇਂ ਫੈਸਲੇ ਲੈ ਗਏ ਆ, ਉਸ ਮੀਟਿੰਗ ਦੇ ਵਿੱਚ ਕਿੰਨੀਆਂ ਜਥੇਬੰਦੀਆਂ ਸ਼ਾਮਿਲ ਸਨ? ਉਹਦੇ 'ਚ ਕਈ ਜਥੇਬੰਦੀ ਸ਼ਾਮਿਲ ਸੀ, ਪਰ ਲਾਂਚਿੰਗ ਜਿਹੜੀ ਆ ਉਹ ਲੋਕ ਰਾਜ ਪੰਜਾਬ, ਉੱਤਮ ਖੇਤੀ ਕਿਸਾਨ ਯੂਨੀਅਨ ਜਿਹੜੀ ਹੈ, ਇਸ ਤਰ੍ਹਾਂ ਕਿਰਤੀ ਕਿਸਾਨ ਫੋਰਮ ਅਤੇ ਸੱਭਿਆਚਾਰ ਦੇ ਵਿਰਸਾ ਸਮਾਗਮਾਂ 'ਚ ਚਾਰ ਜਥੇਬੰਦੀਆਂ ਨੇ ਜਿਹਨਾਂ ਨੇ ਇਹਨੂੰ ਲਾਉਣਾ। ਸੋ ਇਹ ਇਹ ਕਿਵੇਂ ਫੈਸਲਾ ਕੀਤਾ ਤੁਸੀਂ ਸਾਰਿਆਂ ਨੇ ਇਕੱਠੇ ਹੋਣ ਦਾ? ਇਹ ਇਸ ਤਰ੍ਹਾਂ ਕਿ ਇਸ ਵੇਲੇ ਨਾ ਜਿਹੜੇ ਹਾਲਾਤ ਬਣੇ ਹੋਏ ਨੇ, ਪੰਚਾਇਤ ਦੀਆਂ ਜਿਹੜੀਆਂ, ਪੰਚਾਇਤ ਇੱਕ ਬੇਸਿਕ ਯੂਨਿਟ ਹੈ ਔਰ ਇੱਕ ਮੌਕਾ ਬਣਿਆ ਜਿਹੜਾ 5 ਸਾਲ ਬਾਅਦ ਹੀ ਆਉਣਾ ਤੇ ਪਹਿਲਾਂ ਜਿਹੜੇ ਇਹਨਾਂ ਦੋ ਜਿਹੜੀਆਂ ਨੇ ਪਾਰਟੀਆਂ ਸੀਗੀਆਂ, ਕਾਂਗਰਸ ਤੇ ਅਕਾਲੀ, ਉਹ ਦੋ ਧੜਿਆਂ ਨੇ ਨਾ ਜਿਹੜੇ ਨੇ ਪਿੰਡਾਂ ਨੂੰ ਮੰਗਤੇ ਬਣਾ ਕੇ ਰੱਖਦਾ ਹੈ। ਜਿੱਥੇ ਪਿੰਡ ਦਾ ਇੱਕ ਹੈ ਉੱਥੇ ਤਾਂ ਗ੍ਰਾਂਟਾਂ ਵੀ ਮਗਰ ਮਗਰ ਤੁਰੀਆਂ ਫਿਰਦੀਆਂ ਨੇ ਤੇ ਜਿਹੜੇ ਜਿਹਨਾਂ ਪਿੰਡਾਂ 'ਚ ਏਕਾ ਨਹੀਂ ਹੈਗਾ ਉਹਨਾਂ 'ਚ ਮੁਕੱਦਮੇਬਾਜ਼ੀ, ਝਗੜੇ, ਨਸ਼ਾ, ਬਦਫੈਲੀਆਂ, ਬੇਅਦਬੀਆਂ, ਮਤਲਬ ਜੋ ਕਹਿ ਲਈਏ ਆਪਾਂ, ਜਿਹੜਾ ਹੈਗਾ ਨਰਕ ਬਣੇ ਪਏ। ਸੋ ਇਹਦੇ 'ਚ ਇਹ ਗੱਲ ਆਈ ਸੀਗੀ ਕਿ ਜਿਹੜਾ ਪੰਚਾਇਤ ਦਾ ਇੰਸਟੀਟਿਊਸ਼ਨ ਹੈ ਇਹ ਜੇ ਤਾਂ ਇਹ ਪਾਰਸ਼ਲ ਰਹਿੰਦਾ, ਜੇ ਤਾਂ ਇਹ ਨਾ ਇੱਕ ਕਿਸਮ ਦਾ ਸੋਵਰਨ ਯੂਨਿਟ ਹੈ ਤੇ ਜਿਹੜੀ ਆ ਨਾ ਲੋਕਲ ਗਵਰਨਮੈਂਟ ਦੇ ਤੌਰ ਤੇ ਇੱਕ ਮਿੰਨੀ ਪਿੰਡ ਦੀ ਪਾਰਲੀਮੈਂਟ ਬੜਾ ਯੂਸਫੁਲ ਹੈ। ਜੇ ਧੜੇਬੰਦੀ 'ਚ ਪੈ ਜਾਂਦਾ ਤੇ ਫਿਰ ਇਹ ਬਿਲਕੁਲ ਯੂਸਲੈਸ ਹੈ ਜਿਹੜਾ ਹੈਗਾ ਉਹ ਆਪਾਂ ਵੇਖ ਰਹੇ ਹਾਂ। ਸੋ ਇਹ ਗੱਲ ਆਈ ਸੀਗੀ ਕਿ ਇਸ ਜਿਹੜਾ ਹੈ ਨਾ ਜਿਹੜਾ ਪੁਰਾਣਾ ਜਿਹੜਾ ਪ੍ਰੋਗਰਾਮ, ਜਿਸ ਤਰ੍ਹਾਂ ਕਿ ਮਹਾਰਾਜਾ ਵਿਕਰਮਾਦਿੱਤ ਵੇਲੇ ਵੀ, ਚੰਦਰਗੁਪਤ ਮੌਰੀਆ ਵੇਲੇ ਵੀ, ਉਸ ਤੋਂ ਬਾਅਦ ਅਕਬਰ ਵੇਲੇ ਵੀ ਔਰ ਸਰਦਾਰ ਰਣਜੀਤ ਸਿੰਘ ਦੇ ਰਾਜ ਵੇਲੇ, ਸਰਕਾਰੀ ਖਾਲਸਾ ਵੇਲੇ ਵੀ, ਜਿਹੜੀ ਹੈ ਨਾ ਇਹ ਜਿਹੜਾ ਬਿਹਤਰੀਨ ਰਾਜ ਮੰਨਿਆ ਗਿਆ ਦੁਨੀਆ, ਉਹਦੇ ਵਿੱਚ ਇਹ ਪੰਚਾਇਤ ਦਾ ਇੰਸਟੀਟਿਊਸ਼ਨ ਹੀ ਬੇਸਿਕ ਜਿਹੜਾ ਹੈਗਾ ਨਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਗਵਰਨੈਂਸ ਦਾ, ਔਰ ਜਿਹੜੀਆਂ ਨੇ ਈਵਨ ਬੇਸਿਕ ਜੁਡੀਸ਼ੀਅਲ ਯੂਨਿਟ ਐਟ ਦੀ ਗਰਾਊਂਡ ਰੂਟ ਲੈਵਲ, ਇਹ ਬੜਾ ਇਫੈਕਟਿਵ ਸੀਗਾ। ਓਕੇ, ਤੇ ਉਸ ਤੋਂ ਬਾਅਦ ਇਹ ਧੜਿਆਂ ਨੇ ਜਿਹੜਾ ਕੰਮ ਕਰਕੇ ਤੇ ਇਹਦੇ ਕਰਕੇ ਇਹਦਾ ਬੇੜਾ ਗਰਕ ਹੋਇਆ। ਤੇ ਸਾਡੇ ਮਨ 'ਚ ਇਹ ਗੱਲ ਆਈ ਕਿ ਜੇ ਅਸੀਂ ਜਿੰਨਾ ਚਿਰ ਤੱਕ ਪੰਜਾਬ ਦੇ ਜਾਂ ਸਾਰੇ ਮੁਲਕ ਦੇ ਜਿਹੜੇ ਪਿੰਡ ਜਿਹੜੇ ਨੇ, ਜਿੰਨਾ ਚਿਰ ਤੱਕ ਉਹਨਾਂ 'ਚ ਪੰਚਾਇਤਾਂ ਇੰਪਾਰਸ਼ਲ ਨਹੀਂ ਬਣਦੀਆਂ, ਸਰਬਸੰਮਤੀ ਨਾਲ ਨਹੀਂ ਬਣਦੀਆਂ, ਉਹਨਾਂ ਚਿਰ ਤੱਕ ਇਹ ਜਿਹੜੀ ਹੈ ਨਾ ਡੈਮੋਕ੍ਰੇਸੀ ਜਿਹੜੀ ਹੈ ਇਹ ਰੀਅਲ ਸੈਂਸ ਬਹਾਲੀ ਨਹੀਂ। ਸੋ ਉਹਦੇ 'ਚ ਇਹ ਸਾਰੀ ਗੱਲ ਨਿਕਲੀ। ਦੈਨ ਵੀ ਡਿਸਾਈਡਡ ਕਿ ਦਿਸ ਇਜ਼ ਹਾਈ ਟਾਈਮ ਵੀ ਮਸਟ ਟੇਕ ਦੀ ਇਨੀਸ਼ੀਏਟਿਵ ਐਂਡ ਵੀ ਟੁੱਕ ਦੀ ਇਨੀਸ਼ੀਏਟਿਵ। ਮੈਂ ਵੇਖਿਆ ਵਾ ਕਿ ਬਹੁਤ ਸੂਝਵਾਨ ਲੋਕ ਵੀ ਉਸ ਮੀਟਿੰਗ ਤੁਹਾਡੇ ਨਾਲ ਸ਼ਾਮਿਲ ਸਨ। ਉਹਦੇ 'ਚ ਡਾਕਟਰ ਸਵਰਨ ਸਿੰਘ ਬੋਪੋ ਰਾਏ ਔਰ ਹੋਰ ਵੀ ਬਹੁਤ ਸੱਜਣ ਆਏ ਉਸ ਮੀਟਿੰਗ ਦੇ ਵਿੱਚ। ਮੀਟਿੰਗ ਤੋਂ ਬਾਅਦ ਜਦੋਂ ਪਿੰਡਾਂ ਦੇ ਵਿੱਚ ਤੁਹਾਡੇ ਇਸ ਉਪਰਾਲੇ ਦਾ ਪਤਾ ਲੱਗਾ ਤਾਂ ਕਿਹੋ ਜਿਹਾ ਰਿਸਪੋਂਸ ਮਿਲਿਆ ਤੁਹਾਨੂੰ? ਦੇਰ ਇਜ਼ ਟ੍ਰੀਮੈਂਡਸ ਰਿਸਪੋਂਸ। ਮੈਂ ਤੁਹਾਨੂੰ ਦੱਸਦਾ ਕਿ ਹਾਲਾਤ ਕੀ ਨੇ ਤੇ ਲੋਕੀ ਨਾ ਇਸ ਗੱਲ ਨੂੰ ਸਮਝ ਰਹੇ ਨੇ ਕਿ ਜੇ ਦੋ ਧੜਿਆਂ ਨੇ ਪਿੰਡ ਮੰਗਤੇ ਬਣਾ ਦਿੱਤੇ ਤੇ ਜਿਹੜੇ ਚਾਰ ਧੜੇ ਹੁਣ ਤਾਂ ਚਾਰ ਬਣ ਗਏ, ਕਿਉਂਕਿ ਅਕਾਲੀ, ਕਾਂਗਰਸ, ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਟਲਣਾ ਤਾਂ ਹੈ, ਅੱਛਾ ਨਾ ਹੀ ਬੀਜੇਪੀ ਟਲਣ ਤਿਆਰ, ਕਿ ਘੱਟੋ ਘੱਟ ਚਾਰ ਤਾਂ ਹੈਗੇ ਨੇ, 5-6 ਧੜੇ ਵੀ ਹੋ ਸਕਦੇ। ਇਹਦੇ ਨਾਲ ਜਿਹੜੇ ਪਿੰਡ ਨੇ ਉਹ ਕ੍ਰਿਪਲ ਹੋ ਜਾਣਗੇ, ਮਤਲਬ ਅਪੰਗ ਹੋ ਜਾਣਗੇ ਜੇ ਵੇਖਿਆ ਜਾਵੇ, ਤੇ ਉਹ ਮਤਲਬ ਕੁਛ ਵੀ ਨਹੀਂ ਰਹਿਣਾ ਪਿੰਡਾਂ ਦਾ। ਠੀਕ ਹੈ, ਸੋ ਪਿੰਡ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਅਸੀਂ ਧੜੇਬੰਦੀ 'ਚ ਇਹਦੇ ਨਾਲ ਸਾਡਾ ਨਰਕ ਖੜਾ ਹੋਇਆ। ਅੱਛਾ, ਮੋਸਟ ਆਫ ਉਹਦੇ 'ਚ ਬੜੀ ਇੱਕ ਇੰਟਰਸਟਿੰਗ ਚੀਜ਼ ਇਹ ਹੈ ਕਿ 50% ਹੈਗੀਆਂ ਨੇ ਫੀਮੇਲਸ ਆਲਮੋਸਟ, ਔਰ 50% ਹੈਗੇ ਨੇ ਮੇਲਸ, ਜਿਹਨਾਂ 'ਚੋਂ ਯੂਥ ਜਿਹੜਾ ਉਹ 25% ਦੇ ਨੇੜੇ ਤੇ ਨੇ, ਮਤਲਬ ਅਸੀਂ ਅੱਠੇ ਸੱਠੇ ਹਿਸਾਬ ਲਾਉਂਦੇ ਹਾਂ ਜੀ ਕਿ 70-75% 70-75% ਜਿਹੜੀ ਹੈਗੀ ਜਿਹੜੇ ਵੋਟਰਸ ਹੈਗੇ ਨੇ ਉਹ ਫੀਮੇਲ ਦਾ ਨੌਜਵਾਨ ਮੁੰਡੇ ਬਣ ਜਾਂਦੇ।
ਰਾਈਟ ਔਰ ਇਹ ਬੜੀ ਵੱਡੀ ਆ, ਔਰ ਇਹ ਦੋਵੇਂ ਜਿਹੜੇ ਹੈਗੇ ਆ ਇਹ ਕਿਸੇ ਧੜੇ ਨਾਲ ਬੱਝੇ ਹੋਏ ਨਹੀਂ ਹਨ, ਨਾ ਤਾਂ ਫੀਮੇਲ ਕਿਸੇ ਪਾਰਟੀ ਨਾਲ ਬੱਝੀਆਂ ਹੋਈਆਂ ਨੇ। ਇਹ ਸਾਡੇ ਵਾਲਾ ਪੋਸ਼ ਹੈ ਵੀ ਜਿਹੜਾ ਹੈ ਨਾ ਕੋਈ ਨੀਲੀ ਕਾਲੀ ਪੀਲੀ ਲਾਲ ਹਰੀ ਜਿਹੜੀਆਂ ਉਹ ਮੰਨ ਕੇ ਤੇ ਆਪਾਂ ਆਪਣੀ ਥਾਂ ਤੇ ਜਿਹੜੇ ਹੈਗੇ ਨੇ। ਔਰ ਇਹਦੇ ਚੋਂ ਅਸੀਂ ਦੇਖਿਆ ਵੀ ਇਹਦੇ ਚੋਂ ਬਦਲਾਅ ਨਿਕਲੇ, ਰਾਈਟ, ਜਿਹੜਾ ਜਿਹੜਾ ਅਸੀਂ ਤਾਂ ਝੂਠਾ ਬਦਲਾਅ ਵੀ ਇਹਦੇ ਚੋਂ ਨਿਕਲੇ। ਜਿਹੜੇ ਆਹ ਦੋ ਪ੍ਰਸੰਗ ਨੇ ਜਿਹੜੀਆਂ ਜਿਹੜੀਆਂ ਦੋਵੇਂ ਸੀਟਾਂ ਨੇ, ਯੂਥ ਹੈ ਐਕਚੁਅਲੀ ਪੜ੍ਹ ਲਿਖ ਕੇ ਬਿਲਕੁਲ ਡਿਸਿਲੂਜਨ ਤੁਰਿਆ ਕਰਦਾ ਔਰ ਉਹ ਤਜਰਬੇ ਕਰ ਰਿਹਾ। ਇਹ ਨਹੀਂ ਹੈ ਵੀ ਇਹਦੇ 'ਚ ਜੋ ਮੈਂ ਮਹਿਸੂਸ ਕਰਦਾ ਵੀ ਕਾਂਗਰਸ ਆਫ ਆ ਗਿਆ, ਕੁਛ ਨਹੀਂ ਹੋਇਆ ਹੈ ਉਹਦੇ 'ਚ। ਇਹ ਹੈ ਕਿ ਅਸੀਂ ਇਹ ਸੋਚਿਆ ਕਿ ਅਸੀਂ ਸਿੱਧੇ ਤੌਰ 'ਤੇ ਅਪੀਲ ਕਰੀਏ ਬੀਬੀਆਂ ਨੂੰ, ਸਾਡੀਆਂ ਮਾਤਾਵਾਂ ਭੈਣਾਂ ਨੂੰ, ਧੀਆਂ ਨੂੰ, ਅਤੇ ਇੱਕ ਅਸੀਂ ਯੂਥ ਨੂੰ ਅਪੀਲ ਕਰੀਏ, ਅਸੀਂ ਇਹਦੇ 'ਚ ਅਸੀਂ ਫਰਾਉਣ 'ਚ ਕਾਮਯਾਬ ਹੋ ਜਾਵਾਂਗੇ। ਹੁਣ ਕੱਲ੍ਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ੍ਹ ਅਸੀਂ ਬੀਬੀ ਖਾਲੜ ਆਪਾਂ ਇਹਨਾਂ ਨੂੰ ਮਿਲੇ ਹਾਂ, ਆਪਣਾ ਡਾਕਟਰ ਇੰਦਰਜੀਤ ਕੌਰ ਜਿਹੜੇ ਹੈਗੇ ਨੇ ਆਪਣਾ ਜਿਹੜਾ ਪਿੰਗਲਵਾੜੇ ਵਾਲੇ ਜੀ, ਉਹਨਾਂ ਨੇ ਸਾਨੂੰ ਬਹੁਤ ਵਧੀਆ ਰਿਸਪੋਂਸ ਦਿੱਤੇ। ਐਂਡ ਵਿਦ ਦੀ ਗ੍ਰੇਸ ਆਫ ਗੋਡ, ਪਰਮੇਸ਼ਰ ਦੀ ਕਿਰਪਾ ਨਾਲ, ਸ਼ੀ ਹੈਜ਼ ਐਗਰੀ ਟੂ ਮੀਟ ਮੇਕ ਐਨ ਅਪੀਲ ਟੂ ਜਿਹੜੀਆਂ ਨੇ ਸਾਰੀਆਂ ਫੀਮੇਲਸ ਨੂੰ, ਰਾਈਟ, ਕਿ ਇਸ ਨੇ ਜਿਹੜਾ ਹੈ ਨਾ ਇਹ ਧੜੇ ਬਦੀ। ਡਾਕਟਰ ਸਾਹਿਬ, ਅਖੀਰਲਾ ਮੇਰਾ ਸਵਾਲ ਇਹ ਆ ਕਿ ਤੁਹਾਨੂੰ ਲੱਗਦਾ ਵਾ ਕਿ ਜਿਹੜੀ ਤੁਸੀਂ ਸ਼ੁਰੂਆਤ ਪੰਚਾਇਤਾਂ ਤੋਂ ਕਰਨੀ ਚਾਹੁੰਦੇ ਜੇ, ਇਹਦਾ ਅਸਰ MLA ਤੇ MP ਚੋਣਾਂ ਤੇ ਵੀ ਹੌਲੀ ਹੌਲੀ ਪਊਗਾ? ਮੈਂ ਕਿਹਾ ਜੀ ਉਦੋਂ ਪਹਿਲਾਂ ਤਾਂ SGPC ਚੋਣਾਂ ਤੇ ਪੈ ਜਾਣਾ, ਜੋ SGPC ਚੋਣਾਂ ਹੋਣ ਨੂੰ ਤੁਰੀਆਂ ਫਿਰਦੀਆਂ, ਕਿਉਂਕਿ ਉਹ ਬੜਾ ਇੰਪੋਰਟੈਂਟ ਹੈਗਾ ਕਿ ਤੁਸੀਂ ਇੱਕ ਚੀਜ਼ ਦੇਖੋ ਕਿ ਪਹਿਲਾਂ ਤਾਂ ਨਾ ਕਿਉਂਕਿ ਅਕਾਲੀ ਦਲ ਪੰਥਕ ਜਥੇਬੰਦੀ ਆਪਣੇ ਆਪ ਨੂੰ ਕਹਾਉਂਦੀ ਸੀ, ਪੰਥਕ ਪ੍ਰਜੈਂਟ ਕਰਦੀ ਸੀ ਜੀ, ਹੁਣ ਉਹਨਾਂ ਦਾ ਬੇੜਾ ਗਰਕ ਹੋ ਗਿਆ, ਬਿਲਕੁਲ ਹੀ ਬਿਲਕੁਲ ਬਹਿ ਗਏ ਨੇ। ਉਧਰੋਂ ਜਿਹੜੀਆਂ ਨੇ ਜਿਹੜੀਆਂ ਤਿੰਨੇ ਜਿਹੜੀਆਂ ਪਾਰਟੀਆਂ ਨੇ, ਇੱਕ ਨੇ ਤਾਂ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾਇਆ, ਦੂਜੀ ਨੇ ਕਰਵਾਇਆ, ਤੀਜੀ ਜਿਹੜੀ ਆ ਉਹ ਵੀ ਪ੍ਰਸੰਗ ਹੋਰ ਨਹੀਂ ਤੁਰੀ ਫਿਰਦੀ, ਉਹ ਤਾਂ ਨਕਾਰੀਆਂ ਦਾ ਤੇ ਹੋਰ ਜਿਹੜੀਆਂ ਨੂੰ, ਮਤਲਬ ਜਿਹੜੀਆਂ ਮੈਂ ਉਸ ਗੱਲ 'ਚ ਨਹੀਂ ਜਾਂਦਾ, ਪਰ ਇਹਨਾਂ 'ਚੋਂ ਕੋਈ ਵੀ ਜਿਹੜੀ ਆ ਉਹ ਪੰਥਕ ਜਿਹੜੀ ਆ ਨਾ ਉਹਨੂੰ ਰਿਪ੍ਰੈਜੈਂਟ ਨਹੀਂ ਕਰਦੀ ਜਿਹੜੇ ਸੈਂਟੀਮੈਂਟ, ਔਰ ਇਹ ਮਤਲਬ ਕਾਰਨ ਹੋ ਸਕਦਾ ਇਹਦੇ 'ਚ ਕਿ ਜੇ ਅਕਾਲੀ ਦਲ ਡਿਸਕ੍ਰੈਡਿਟ ਹੋਇਆ ਗਿਆ, ਇਹਨਾਂ ਨੇ ਬੰਦੇ ਖੜੇ ਕਰਨੇ ਕਰਨੇ ਨੇ, ਜਿਵੇਂ ਵਿਜੇ ਦਾ ਆਪਣਾ ਸੁਖਵੀਰ ਹੈ ਜਿਹੜੇ ਅੱਗੇ ਦੂਜੇ ਬੰਦੇ ਖੜੇ ਹੁੰਦੇ ਸੀਗੇ ਕਿ ਉਹਦੇ ਵਿੱਚ ਤੇ ਉਹਦੇ ਵਿੱਚ ਦੀ ਇਨਫਿਲਟ੍ਰੇਸ਼ਨ ਇਹਦੇ 'ਚ ਇਹਨਾਂ ਤਿੰਨਾਂ ਪਾਰਟੀਆਂ 'ਚ ਕਿਸੇ ਗੁਰਦੁਆਰੇ 'ਚ ਹੋ ਗਈ, ਤੇ ਇਹ ਤੋਂ ਵੱਡਾ ਤੇ ਨੁਕਸਾਨ ਹੋ ਹੀ ਨਹੀਂ ਸਕਦਾ ਜੇ ਵੇਖਿਆ ਜਾਵੇ ਜਿਹੜਾ ਨਾ ਪੰਜਾਬ ਦਾ ਨਾ ਪੰਥ ਦਾ ਕਿਵੇਂ ਬੇਅਦਬੀ ਅੱਗੇ ਹੋ ਰਹੀਆਂ ਨੇ। ਤੋਂ ਅਸੀਂ ਬੜਾ ਸੋਚ ਸਮਝ ਕੇ ਕਿ ਜੇ ਅਸੀਂ ਪੰਚਾਇਤਾਂ ਨੂੰ ਇੰਪਾਰਸ਼ੀਅਲ ਕਰਨ 'ਚ ਕਾਮਯਾਬ ਹੋ ਜਾਂਦੇ ਹਾਂ ਜੀ, ਇਹਦੇ 'ਚੋਂ ਅਸੀਂ ਗੁਰਦੁਆਰਿਆਂ ਦਾ ਵੀ ਪ੍ਰਬੰਧ ਬਚਾ ਦਾਂਗੇ, ਔਰ ਆਉਣ ਵਾਲੇ ਟਾਈਮ 'ਚ ਇਹ ਜਿਹੜਾ ਸੱਚਾ ਬਦਲਾਅ ਆਏਗਾ ਪੰਜਾਬ 'ਚ, ਇਹ ਝੂਠਾ ਬਦਲਾਅ ਗਲੋਂ ਲੈ ਜੇ। ਬਿਲਕੁਲ ਠੀਕ ਹੈ, ਬਹੁਤ ਬਹੁਤ ਮਿਹਰਬਾਨੀ। ਕਿਸੇ ਦਿਨ ਡਾਕਟਰ ਮਨਜੀਤ ਤੁਹਾਡੇ ਨਾਲ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਅੱਜ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ, ਥੈਂਕ ਯੂ।